ਨਹੀਂ ਉਹ ਤਾਂ ਅੱਜ ਜਿਹੜਾ ਹੈਗਾ ਤੁਮਰ ਸਾਹਿਬ ਦਾ ਬਿਆਨ ਆ ਗਿਆ ਉਹ ਕਹਿੰਦੇ ਸਟੇਟ ਦਾ ਮੁੱਦਾ ਸਟੇਟ ਜੇ ਚਾਹਵੇ ਤਾਂ ਪਰਚੇ ਜਿਹੜੇ ਵਾਪਸ ਲੈ ਸਕ ਜਿੱਦੇ ਤੁਹਾਡੇ ਕਾਨੂੰਨ ਰੱਦ ਕਰਦੇ ਹੀ ਭੱਜ ਗਏ ਸੀ ਸਾਨੂੰ ਤਾਂ ਤੁਸੀਂ ਛੱਡ ਕੇ ਖੜਿਆ ਨੂੰ ਟੋਟਰ ਉਹਨਾਂ ਨੇ ਬਹਿਸ ਕੀਤੀ ਹੈ ਸਾਰੇ ਆਗੂਆਂ ਨੇ ਇਸ ਗੱਲ 'ਤੇ ਕਿ ਐਮ ਐਸ ਪੀ ਤੋਂ ਬਗੈਰ ਅਸੀਂ ਬਚ ਨਹੀਂ ਸਕਦੇ ਇਹਦਾ ਮਤਲਬ ਹਜੇ ਸੱਪ ਵਾਲਾ ਵਲ ਰੱਖਿਆ ਹੋਇਆ ਹੈ ਅੱਜ ਲੋਕ ਤਕੜੇ ਹੋ ਕੇ ਲੜ ਲੈਣ ਇਸ ਗੱਲ 'ਤੇ ਕਿ ਭਾਰਤ ਗੇਟ 'ਚੋਂ ਬਾਹਰ ਆਵੇ ਮੈਂ ਦਾਅਵੇ ਨਾਲ ਗੱਲ ਕਰਦਾ ਇਹ ਮੋਦੀ ਨਾ ਗੇਟ 'ਚੋਂ ਬਾਹਰ ਆਉਣ ਦਾ ਐਲਾਨ ਕਰਦੇ ਤਾਂ ਮੂੰਹ 'ਤੇ ਥੁੱਕ ਦਿਓ ਸਵਾਮੀਨਾਥਨ ਦੀ ਰਿਪੋਰਟ ਤਾਂ ਨਹੀਂ ਮੰਗਦੇ ਨਹੀਂ ਸਵਾਮੀਨਾਥਨ ਦੀ ਰਿਪੋਰਟ ਪਹਿਲਾਂ ਹੀ ਮੰਗੀ ਹੋਈ ਸਾਡੀ ਗੈਟ ਵਾਲੀ ਤਾਂ ਨਹੀਂ ਮੰਗਦੇ ਮੰਨ ਲਓ ਸਰਕਾਰ ਨੂੰ ਐਮ ਐਸ ਪੀ ਦੇ ਦੇ ਪਲੱਸ ਸਵਾਮੀਨਾਥਨ ਦੀ ਰਿਪੋਰਟ ਦੇ ਫਿਰ ਤਾਂ ਜਾ ਵੜੋਗੇ ਤੇ ਫਿਰ ਗੈਟ ਤੇ ਵੱਧ ਜੂ ਐ ਬਟਾਲਿਆ ਸਾਹਿਬ ਮੰਨੋ ਨਾ ਮੰਨੋ ਉਹ ਕਹਿੰਦੇ ਵੀ ਹੁਣ ਕਿਸਾਨ ਇੱਕ ਸਾਲ ਹੋ ਗਏ ਅੱਕ ਗਿਆ ਤੇ ਵੀ ਆਪਾਂ ਨੂੰ ਜਿਹੜਾ ਹੈਗਾ ਜਿੰਨਾ ਕੁਝ ਦਿੰਦੇ ਆ ਮੋਦੀ ਨੇ ਜਦੋਂ ਆਪਣੇ ਤੇ ਤਰਸ ਨਹੀਂ ਕੀਤਾ ਤੇ ਆਪਾਂ ਕਾਹਦੇ ਵਾਸਤੇ ਤਰਸ ਕਰਨਾ ਵੀ ਵਿਚਾਰੇ ਦੀਆਂ ਵੋਟਾਂ ਆਈਆਂ ਜਦੋਂ ਬਾਈ ਇਲੈਕਸ਼ਨ ਹਾਰਦੇ ਆ ਸਰ ਫਟਾਫਟ ਕਹਿਤਾ ਜੀ ਅਸੀਂ ਡੀਜ਼ਲ 10 ਰੁਪਏ ਸਸਤਾ ਕਰਦੇ ਆ ਪੈਟਰੋਲ 5 ਰੁਪਏ ਸਸਤਾ ਕਰਦੇ ਆ ਇਹਦੇ ਪਹਿਲੇ ਤਾਂ ਕੀਤਾ ਨਹੀਂ ਚਾਹੀਦਾ ਜੇਕਰ ਮੰਨ ਲਓ ਪੰਜਾਬ ਦੀਆਂ 32 ਜਥੇਬੰਦੀਆਂ ਕਿਉਂਕਿ ਇਹ ਵੀ ਗੱਲ ਨਿਕਲਦੀ ਆ ਵੀ ਕਹਿੰਦੇ ਜਿਹੜੀਆਂ ਜਥੇਬੰਦੀਆਂ ਬਹਿਣਾ ਚਾਹੁੰਦੀਆਂ ਉਹਨਾਂ ਨੂੰ ਅਸੀਂ ਕੇਲੇ ਕੂਲੇ ਸੇਬ ਸੂ ਫੜਾ ਜਾ ਕਰਾਂਗੇ ਪਰ ਲੜਦੇ ਰਹੋ ਤੁਸੀਂ ਕਾਨੂੰਨ ਬਣਾ ਕੇ ਲੈ ਕੇ ਜਾਣਾ ਚਾਹੋਗੇ ਤੇ ਜਾਂ ਇੱਕ ਜਿਵੇਂ ਕੱਲ੍ਹ ਲੱਖੇ ਸਿਧਾਣੇ ਦਾ ਬਿਆਨ ਸੀਗਾ ਵੀ ਸਟੇਟ ਤੋਂ ਵੀ ਜਿਹੜਾ ਹੈਗਾ ਕਮੇਟੀ ਬਣੇ ਕਮੇਟੀ ਬਾਉਂਡ ਕਰੇ ਵੀ 4 ਮਹੀਨਿਆਂ ਨੂੰ 5 ਮਹੀਨਿਆਂ ਨੂੰ ਅਸੀਂ ਬਣਾ ਦਿਆਂਗੇ ਕਾਨੂੰਨ ਤੇ ਉਹਨਾਂ 'ਚ ਇੱਕ ਬੈਠੇ ਹੀ ਰਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਕਾਫੀ ਆਸ ਸੀਗੀ ਲੋਕਾਂ ਨੂੰ ਕਿ ਅੱਜ ਕਿਉਂਕਿ 29 ਤਰੀਕ ਹੈ ਇੱਕ ਮੀਟਿੰਗ ਸੀਗੀ ਸੰਯੁਕਤ ਕਿਸਾਨ ਮੋਰਚੇ ਦੀ ਉੱਧਰੋਂ ਨਰਿੰਦਰ ਸਿੰਘ ਤੋਮਰ ਉਹਨਾਂ ਨੇ ਵੀ ਕਹਿਤਾ ਸੀਗਾ ਕਿ ਲਗਭਗ ਜਿਹੜੀਆਂ ਤੁਹਾਡੀਆਂ ਗੱਲਾਂ 80% ਮੰਨ ਲੈਂਦੇ ਹਾਂ ਅਤੇ ਹੁਣ ਤੁਸੀਂ ਚਲੇ ਜਾਓ ਮੀਡੀਆ ਵੀ ਜਿਸ ਤਰ੍ਹਾਂ ਜਿਹੜਾ ਅੱਜ ਮੈਂ ਕਹਾਂ ਵੀ ਕੋਈ ਰਿਹਾ ਨਹੀਂ ਹੋਣਾ ਜਿਹੜਾ ਕਦੇ ਆਇਆ ਨਹੀਂ ਉਹ ਵੀ ਪਹੁੰਚਿਆ ਪਰ ਕਿਸਾਨਾਂ ਨੇ ਇੱਕ ਪੱਤਾ ਹੋਰ ਖੇਡਦਾ ਕਹਿੰਦੇ 4 ਤਰੀਕ ਨੂੰ ਜਿਹੜਾ ਹੈਗਾ ਅਸੀਂ ਅਗਲੀ ਮੀਟਿੰਗ ਦੱਸਾਂਗੇ ਮੇਰੇ ਨਾਲ ਜਗਜੀਤ ਸਿੰਘ ਜੀ ਡੱਲੇਵਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਲੱਗਦਾ ਸੀਗਾ ਅੰਦੋਲਨ ਸਮ ਅਪ ਹੋ ਜੂਗਾ ਅਤੇ ਪਰ ਜਿਹੜਾ ਹੈਗਾ ਤੁਸੀਂ ਹੁਣ 4 ਤਰੀਕ ਤੱਕ ਜਿਹੜਾ ਹੈਗਾ ਅੰਦੋਲਨ ਅਗਲੀ ਮੀਟਿੰਗ ਤੱਕ ਅੱਗੇ ਵਧਦਾ ਕਿਹੜੀ ਕੀ ਕਿਹੜੀ ਗੱਲ 'ਤੇ ਗੱਲ ਨਹੀਂ ਬਣੀ ਦੇਖੋ ਗੱਲ ਇਹ ਹੈ ਕਿ ਹਜੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਲੈਣਾ ਬਾਕੀ ਹੈ ਹਜੇ ਸਾਡੇ ਲਖੀਮਪੁਰ ਵਾਲੇ ਜਿਹੜੇ ਸ਼ਹੀਦ ਹੋਏ ਬੱਚੇ ਹੈ ਕਿਸਾਨ ਸ਼ਹੀਦ ਹੋਏ 5 ਵਿਅਕਤੀ ਉੱਥੇ ਮਾਰੇ ਗਏ ਉਹਨਾਂ ਨੂੰ ਇਨਸਾਫ ਦਿਵਾਉਣਾ ਜਿਹੜੇ ਬੇਕਸੂਰ ਬੰਦੇ ਜੇਲ੍ਹ 'ਚ ਬੰਦ ਕਰਤੇ ਇਹਨਾਂ ਨੇ ਉਹਨਾਂ ਨੂੰ ਜੇਲ੍ਹਾਂ 'ਚੋਂ ਬਾਹਰ ਕਢਾਉਣਾ ਵੱਡੀ ਪੱਧਰ ਦੇ ਉੱਤੇ ਲੋਕਾਂ ਦੇ ਖਿਲਾਫ਼ ਪਰਚੇ ਦਰਜ ਕੀਤੇ ਨੇ ਪੂਰੇ ਭਾਰਤ 'ਚ ਅੱਜ ਰਿਪੋਰਟ ਆਈ ਹੈ ਕਿ 48,000 ਪਰਚਾ ਤਾਂ ਕੇਵਲ 48,000 ਕਿਸਾਨਾਂ ਦਾ ਨਾਂ ਇਕੱਲੇ ਹਰਿਆਣੇ 'ਚ ਆਇਆ ਹੈ ਹੁਣ ਜੇ ਇਹ ਹਾਲਾਤ ਹੈ ਤਾਂ ਸਮਝ ਲਓ ਯੂਪੀ 'ਚ ਕੀ ਹੋਏਗਾ ਮੱਧ ਪ੍ਰਦੇਸ਼ 'ਚ ਕੀ ਹੋਏਗਾ ਨਹੀਂ ਉਹ ਤਾਂ ਅੱਜ ਜਿਹੜਾ ਹੈਗਾ ਤੋਮਰ ਸਾਹਿਬ ਦਾ ਬਿਆਨ ਆ ਗਿਆ ਉਹ ਕਹਿੰਦੇ ਸਟੇਟ ਦਾ ਮੁੱਦਾ ਸਟੇਟ ਜੇ ਚਾਹਵੇ ਤਾਂ ਪਰਚੇ ਜਿਹੜੇ ਵਾਪਸ ਲੈ ਸਕਦੀ ਨਹੀਂ ਇਹ ਸਟੇਟ ਦਾ ਮੁੱਦਾ ਕਿਹਾ ਨਹੀਂ ਨਾ ਸਰਨਾ ਇਹਦਾ ਮਤਲਬ ਹਜੇ ਸੱਪ ਵਾਲਾ ਵਲ ਰੱਖਿਆ ਹੋਇਆ ਹੈ ਇਹ ਤਾਂ ਸੈਂਟਰ ਗੌਰਮੈਂਟ ਦੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਪ੍ਰਧਾਨ ਮੰਤਰੀ ਜੀ ਆਰਡਰ ਕਰਨ ਸਟੇਟ ਨੂੰ ਕਿ ਭਾਈ ਇਹ ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਇਸ ਅੰਦੋਲਨ ਦੇ ਦੌਰਾਨ ਹੋਏ ਨੇ ਕਿਸਾਨਾਂ 'ਤੇ ਹੋਏ ਨੇ ਮਜ਼ਦੂਰਾਂ 'ਤੇ ਹੋਏ ਨੇ ਦੁਕਾਨਦਾਰਾਂ 'ਤੇ ਹੋਏ ਨੇ ਕਲਾਕਾਰਾਂ 'ਤੇ ਹੋਏ ਨੇ ਪੱਤਰਕਾਰਾਂ 'ਤੇ ਹੋਏ ਨੇ ਜਾਂ ਵੱਡੀ ਪੱਧਰ ਦੇ ਉੱਤੇ ਤੁਸੀਂ ਦੇਖੋ ਵੀ ਐੱਨ ਆਰ ਆਈ ਵੀਰ ਜਿਹੜੇ ਅੰਦੋਲਨ ਨੂੰ ਸਪੋਰਟ ਕਰਦੇ ਸੀ ਉਹਨਾਂ ਨੂੰ ਕਿਸ ਤਰੀਕੇ ਨਾਲ ਟਾਰਗੇਟ ਕੀਤਾ ਉਹ ਸਾਰੇ ਦੇ ਸਾਰਿਆਂ ਨੂੰ ਮਤਲਬ ਆਪਾਂ ਇਹ ਤੋਂ ਰਾਹਤ ਦਿਵਾਉਣੀ ਹੈ ਨਾ ਬਾਕੀ ਹੈ ਜਿਹੜੇ ਸਾਡੀ ਅਤੇ ਹੁਣ ਸੈਂਟਰ ਗੌਰਮੈਂਟ ਇੱਕ ਅੱਜ ਦੀ ਮੀਟਿੰਗ ਦੇ ਵਿੱਚੋਂ ਜਾਂ ਜਿਹੜਾ ਹੈਗਾ ਗੱਲ ਨਿਕਲ ਕੇ ਆਉਂਦੀ ਆ ਕਿ ਜ਼ਿਆਦਾਤਰ ਆਗੂ ਇਹ ਗੱਲ 'ਤੇ ਸਹਿਮਤ ਹੈ ਬਟਾਲਿਆ ਸਾਹਿਬ ਮੰਨੋ ਨਾ ਮੰਨੋ ਉਹ ਕਹਿੰਦੇ ਵੀ ਹੁਣ ਕਿਸਾਨ ਇੱਕ ਸਾਲ ਹੋ ਗਏ ਅੱਕ ਗਿਆ ਅਤੇ ਵੀ ਆਪਾਂ ਨੂੰ ਜਿਹੜਾ ਹੈਗਾ ਜਿੰਨਾ ਕੁਝ ਦਿੰਦੇ ਆ ਆਪਣੇ 3 ਕਾਨੂੰਨ ਕਹਿ ਕੇ ਆਏ ਸੀਗੇ ਰੱਦ ਕਰਾਉਣ ਦੀ ਉਹ ਆਪਣਾ ਹੋ ਗਿਆ ਉਹਨੇ ਕਹਿਤਾ ਜਿਹੜਾ ਹੈਗਾ ਚਲੋ ਪਰਚੇ ਵੀ ਰੱਦ ਹੋ ਗਏ ਪਰਾਲੀ ਵਾਲਾ ਬਿਜਲੀ ਵਾਲਾ ਵੀ ਜਿਹੜਾ ਹੁਣ ਐਮ ਐਸ ਪੀ 'ਤੇ ਜਿਹੜਾ ਹੈਗਾ ਕਿਉਂਕਿ ਤੁਸੀਂ ਵੀਡੀਓ ਵੀ ਪਾਈ ਆ ਬਕਾਇਦਾ ਤੌਰ 'ਤੇ ਇਹ ਮੈਨੂੰ ਲੱਗਦਾ ਜਿਹੜਾ ਹੈਗਾ ਜਿਹੜੀਆਂ ਜਥੇਬੰਦੀਆਂ ਆੜ ਰਹੀਆਂ ਐਮ ਐਸ ਪੀ 'ਤੇ ਉਹਨਾਂ 'ਚ ਤੁਹਾਡੀ ਜਥੇਬੰਦੀ ਵੀ ਇੱਕ ਆ ਜਿਹੜੀ ਇਹ ਕਹਿ ਰਹੀ ਹੈ ਕਿ ਜਿੰਨਾ ਚਿਰ ਐਮ ਐਸ ਪੀ ਦੇ ਮੁੱਦੇ 'ਤੇ ਕਾਨੂੰਨ ਨਹੀਂ ਬਣਦਾ ਉਹਨਾਂ 'ਚ ਅਸੀਂ ਹਿਲਦੇ ਨਹੀਂ ਗਏ ਇਹ ਗੱਲ ਸਹੀ ਹੈ ਦੇਖੋ ਇਹ ਤਾਂ ਯਾਰ ਮਤਲਬ ਸਾਡੀ ਮੰਗ ਆ ਪੰਜਾਬ ਦੀ ਪੰਜਾਬ ਦੇ ਵਿੱਚ ਇਸ ਵਾਰੀ ਸਰਕਾਰ ਨੇ ਕਹਿਤਾ ਕਿ ਅਸੀਂ 25 ਕੁਇੰਟਲ ਝੋਨਾ ਹੀ ਖਰੀਦਾਂਗੇ ਪ੍ਰਤੀ ਏਕੜ ਹੁਣ ਤੁਸੀਂ ਮੈਨੂੰ ਦੱਸੋ 25 ਕੁਇੰਟਲ ਤਾਂ ਉਹਨਾਂ ਨੇ ਖਰੀਦ ਲਿਆ ਕਿਸਾਨ ਦਾ ਝੋਨਾ ਹੋ ਗਿਆ ਜੀ 32 ਕੁਇੰਟਲ 34 ਕੁਇੰਟਲ
बाकी 8-9 क्विंटल 10 क्विंटल झोना किधर जाएगा वह रुलेगा नहीं। कितने रह गई MSP? मक्की की MSP कितने है? दालों की MSP कितने है? सूरजमुखी की MSP कितने? कितने MSP? तो उन्होंने फसलों की अगर MSP आँदी है, जे मक्की की MSP देन लग जाने, जे दालों की MSP देन लग जाने, अगर मूंगी की MSP पूरी मिल जाए तो मैं लगता असं मिनट लावे झोना छड़ देंगे। ये तो पैसे बटने हैं। मतलब तुम कहने भी जोड़ा है पाब का जो जमीन पानी भी बचाया जा सकता तो लोगों की हालत भी सुधर सकती, हालत भी सुधर सकती। पर यह तो आप ही पता कि MSP के उत्ते जेकर 2 लाख के आलू निकल आ माड़े तो माड़े किसान जे बीजन आए हो है ना दाल तो मिले, पर हम लोग किमें भाओगे, लोगों का की ओपीनियन आ, लोग की सोच रहे? मैं तो ही पुछता जोड़े देखी जाने सू कमेंट जरूर दस्यो भी जे संयुक्त किसान मोर्चा ये जोड़ा है लगातार वधाऊँ कि MSP की लड़ाई लड़न वास्ते तुसी तैयार हो, तुहानू किस तरह की फीडबैक मिलती है भी लोग लड़न तैयार ने जा एक तरह का यह भी है भी यार एक साल हो गया मसा मुद्दी मनिया जिन्ना क दिन का लै जाओ? देखो एक परिवार होंगे ना, एक परिवार के कोई तो बहुत सिरड़े इरादे का बंदे भी बैठे होंगे, कोई बच्चे ढिले विचार का भी बंदा बैठे, सारे सुसाइटी सारे विचार के बंदे होंगे है। पर मैनू ये लगता है कि जो ये समझ आ जाएगी किसान कि अगले 2 साल फिर मुड़ के तुम ये रोवोगे इसी MSP से। अगर अज एक नोट करने वाली गल है जी, अगर अज पंजाब हरियाणे UP राजस्थान मध्य प्रदेश नाल नहीं खड़ता, मैं दावे नाल गल करदा एक गैट चो निकल के आए कानून है, ये कानून दोबारा फिर आएंगे 100% मैं क्लीयर पता है इस गल का। कानून दोबारा आएंगे किसी ना किसी होर रूप च आ जाएंगे, कोई होर सरकार ले आऊ, फिर जो MSP भी थोड़ी घटा घटा के 15 क्विंटल खरीदने लग पे 10 क्विंटल खरीदने लग पे, फिर तुम होके दोगे बाहरलिया स्टेटा कि आओ साढ़े नाल लड़िए आप, फिर वो कहेंगे भी थोड़े तो यकीन कोई नहीं, जिदे थोड़े कानून रद्द करते ही भज गए सू तो छड़ गए खड़े। सो इस करके ये गलू पंजाब का किसान एडा भुला नहीं समझदा, जेकर असी कानून रद्द करवाने वास्ते उन्होंने नाल टलिया ना अज MSP की लोड़ भावें पंजाब नू भी है पर ज़्यादा महसूस वो कर रहे हैं, असं उन्होंने खड़ा गे। अज किसान मोर्चे की मीटिंग हुई है, SKM की मीटिंग हुई है, किनिया क जथेबंदियां सीगियां तुसीं डिस्कलोज तो नहीं कर सकते पर वैसे इशारा दस तो सकते हो, पंजाब दियां छड़ दईए बाकी भारत दियां कहिंदियां भी असीं MSP जिहड़ा हैगा लैके जाणा? देखो पूरा भारत अज क्लीयर हो गया कि वह MSP ते खड़ा है। लोग किसी किसी लीडर नूं कुछ कहिंदे सी, किसी नूं कुछ कहिंदे सी, टोटल उन्होंने बहस की है सारे आगुओं ने इस गलते कि MSP तो बगैर असं बच ही नहीं सकते, तो जे वो MSP सानू भी पता यार वो MSP तो बगैर बच नहीं सकते। तुसी नोट करो गल, UP दे विच मुंडे शहीद होए ने, एक मुंडे की उम्र कितनी है 19 साल, भैणा ही भैणा रह गई, माँ रह गई तो बाप रह गया। हुण जिहड़े प्यो का पुत शहीद हो गया वो कदे आस्ते गया सी? इस आस्ते गया सी कि सानू MSP मिलेगी, साढ़े झोने का रेट वधूगा, साढ़ा झोना सही भा दे बिकूगा। हुण तुसीं अंदाजा ला के वेखो उस प्यो दे दिल दे उत्ते की बीतूगी, जे उहनूं उह सोचू नहीं भी मैं तां पुत भी मरवा लिया तो झोना भी 1000 नूं विकिया, जे उहदा झोना 2000 नूं विकदा है वह घट्टो घट्ट इस चीज़ के उत्ते उहनूं तसली तां हो ना भी मेरे पुत की दित्ती कुरबानी का मुल पिया है, कल्ले नूं मैनू नहीं पूरी UP नूं पूरा रेट मिलना शुरू होया है। ਟੱਲੇਵਾਲ ਸਾਹਿਬ ਜੇਕਰ ਇਹਦੇ ਵਿੱਚ ਇਹ ਹੋ ਗਿਆ ਕਿਤੇ ਰੱਬ ਨਾ ਕਰੇ ਤੁਸੀਂ ਹੁਣ ਇਹ ਗੱਲ ਤੇ ਅੜੇ ਵੇ ਹੋ ਕਿ MSP ਤੇ ਜਿਹੜਾ ਹੈ ਕਾਨੂੰਨ, ਤੁਸੀਂ ਕਾਨੂੰਨ ਬਣਾ ਕੇ ਲੈ ਕੇ ਜਾਣਾ ਚਾਹੋਗੇ ਤੇ ਜਾਂ ਇੱਕ ਜਿਵੇਂ ਕੱਲ ਲੱਖੇ ਸਿਧਾਣੇ ਦਾ ਬਿਆਨ ਸੀਗਾ ਵੀ ਸਟੇਜ ਤੋਂ ਵੀ ਜਿਹੜਾ ਹੈਗਾ ਕਮੇਟੀ ਬਣੇ, ਕਮੇਟੀ ਬਾਉਂਡ ਕਰੇ ਵੀ 4 ਮਹੀਨਿਆਂ ਨੂੰ 5 ਮਹੀਨਿਆਂ ਨੂੰ ਅਸੀਂ ਬਣਾ ਦਿਆਂ ਕਾਨੂੰਨ ਤੇ ਉਹਨਾਂ 'ਚ ਇੱਕ ਬੈਠੇ ਹੀ ਰਹੋ? ਦੇਖੋ ਮੈਂ ਮੇਰੇ ਤਾਂ ਵਿਚਾਰ ਹੋਰ ਕਿਸਮ ਦੇ ਹੈ, ਮੈਂ ਤਾਂ ਇੱਕ ਇਹ ਮੇਰੀ ਜਿਹੜੀ ਆਪਦੀ ਨਿੱਜੀ ਵਿਚਾਰ ਨੇ ਤੋ ਬਾਕੀ SKM ਸਾਰਾ ਬਹੁਤ ਵੱਡੀ ਚੀਜ਼ ਹੈ ਜੇ ਸਭ ਤੋਂ ਪਹਿਲੀ ਤਾਂ ਮੇਰੀ ਇਹ ਹੈ ਕਿ ਮੂਹਰੇ ਰਾਜਸਥਾਨ ਹਰਿਆਣਾ UP ਆ, ਜਿਵੇਂ ਤੁਸੀਂ ਕਰਦੇ ਹਾਂ ਅਸੀਂ ਤੁਹਾਡੇ ਮਗਰ ਖੜੇ ਹਾਂ। ਔਰ ਇਹ ਕਲੀਅਰ ਕੱਟ ਹੈ ਕਿ ਪੰਜਾਬ ਬਿਲਕੁਲ ਯਾਰ ਛੱਡੇਗਾ ਨਹੀਂ ਉਹਨਾਂ ਨੂੰ, ਪੰਜਾਬ ਅਕਿਰ ਤੁਕਾਂ ਤਾਂ ਕਹਾ ਹੀ ਨਹੀਂ ਸਕਦਾ, ਇਹਨਾਂ ਦੇ ਖੂਨ 'ਚ ਆ ਗੱਲ ਇਹ। ਅੱਜ ਤਾਂ ਚਲੋ ਆਹ ਗੱਲ ਆ ਗਈ, ਤੁਸੀਂ ਮੈਨੂੰ ਐਂ ਦੱਸਿਓ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ ਉਦੋਂ ਭਗਤ ਸਿੰਘ ਹੋਰਾਂ ਨੇ ਕਿੰਨਾ ਕੁ ਨੂੰ ਆਵਾਜ਼ਾਂ ਮਾਰੀਆਂ ਵੀ UP ਵਾਲੇ ਆਓ, ਉਹ ਮੱਧ ਪ੍ਰਦੇਸ਼ ਵਾਲੇ ਆਓ, ਕਿਹਨੂੰ ਵਾਜਾਂ ਮਾਰੀਆਂ ਉਹਨਾਂ ਨੇ ਜੀ? ਉਹ ਤਾਂ ਲੜ ਰਹੇ ਸੀ, ਦੇਸ਼ ਦੀ ਆਜ਼ਾਦੀ ਲੈ ਤੀ, ਪੂਰੇ ਦੇਸ਼ ਨੂੰ ਲੈ ਤੀ, ਉਹਨਾਂ ਨੇ ਤਾਂ ਨਹੀਂ ਸੋਚਿਆ ਵੀ ਇਕੱਲੇ ਪੰਜਾਬ ਨੂੰ ਚਾਹੀਦੀ ਹੈ। ਸੋ ਉਹੀ ਵਿਰਸਾ ਉਹੀ ਵਿਰਾਸਤ
ਉਹੀ ਸਾਡੇ ਕੋਲੇ ਹੈਗੀ ਹੈ। ਮਤਲਬ ਮੈਂ ਇਹ ਮੰਨ ਲਾਂ ਹੁਣ ਜਾਂ ਦੇਖਣ ਵਾਲੇ ਮੰਨਣ ਜਾਂ ਕਿਸਾਨ ਹੀ ਆਪਣੇ ਦਾ ਵੀ ਦੇਖਣ ਵਾਲੇ ਨੇ ਧਰਨੇ 'ਚ ਹੀ ਆਉਣਾ ਵੀ ਆਪਾਂ ਹਜੇ ਮੋਰਚਾ ਲੰਮਾ ਚੱਲੂਗਾ ਵੀ ਐਵੇਂ ਪਹਿਲਾਂ ਜਿਹੜੇ ਭੰਗੜੇ ਪਾਉਣੇ ਜਿਹੜੇ ਪਾਲੇ ਦੋ ਚਾਰ ਦਿਨ ਅਤੇ ਹੁਣ ਫਿਰ ਦੋ ਚਾਰ ਮਹੀਨੇ ਦੀ ਤਿਆਰੀ ਰੱਖ ਗਏ ਫਿਰ 100%। ਦੇਖੋ ਮੈਨੂੰ ਨਹੀਂ ਲੱਗਦਾ ਸਰਕਾਰ ਦੋ ਚਾਰ ਮਹੀਨੇ ਨਹੀਂ ਚੱਲਦੀ ਸਰਕਾਰ ਦੋ ਚਾਰ ਮਹੀਨੇ ਨਹੀਂ। ਇੱਕ ਇਹ ਵੀ ਗੱਲ ਆ ਡਲਿਆ ਸਾਹਿਬ ਵੀ ਮੋਦੀ ਨੇ ਜਦੋਂ ਆਪਣੇ 'ਤੇ ਤਰਸ ਨਹੀਂ ਕੀਤਾ ਤਾਂ ਆਪਾਂ ਕਾਹਦੇ ਵਾਸਤੇ ਤਰਸ ਕਰਨਾ ਵੀ ਵਿਚਾਰੇ ਦੀਆਂ ਵੋਟਾਂ ਆਈਆਂ। ਨਹੀਂ ਮੈਂ ਸਵਾਲ ਇਸ ਗੱਲ ਦਾ ਤਰਸ ਨਹੀਂ, ਸਵਾਲ ਇਸ ਗੱਲ ਦਾ ਕਿ ਅਸੀਂ ਪੋਲੀਟੀਕਲ ਨਹੀਂ, ਸਵਾਲ ਇਸ ਗੱਲ ਦਾ ਅਸੀਂ ਆਪਦੀਆਂ ਮੰਗਾਂ ਨੂੰ ਲੈ ਕੇ ਆਏ ਹਾਂ। ਸਾਡਾ ਮਸਲਾ ਹੱਲ ਹੋ ਗਿਆ, ਸਾਡਾ ਕੋਈ ਮਤਲਬ ਨਹੀਂ ਹੈ। ਹੁਣ ਤੁਸੀਂ ਆ ਜਿਹੜੇ ਕਾਨੂੰਨ ਰੱਦ ਕੀਤੇ ਨੇ, ਇੱਕਦਮ ਕੀਤੇ ਨਾ, ਕਾਨੂੰਨ ਰੱਦ ਕਰਨ ਤੋਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ 10 ਕੁ ਦਿਨ ਪਹਿਲਾਂ ਜਿੱਦਾਂ ਮੋਦੀ ਦੀ ਘੋਸ਼ਣਾ ਹੁੰਦੀ ਹੈ ਉਦੋਂ ਮੇਰੇ ਕੋਲ ਸਾਡੀ ਆਪਸ ਵਿੱਚ ਮਤਲਬ ਵਿਚਾਰ ਚਰਚਾ ਹੋਈ ਹੈ, ਉਦੋਂ ਇਹ ਗੱਲ ਦੱਸੀ ਗਈ ਹੈ ਕਿ ਸਰਕਾਰ ਇੱਕ ਕਾਨੂੰਨ ਰੱਦ ਕਰ ਸਕਦੀ ਹੈ, ਇੱਕ ਨੂੰ ਸਟੇਟਾਂ 'ਤੇ ਛੱਡ ਸਕਦੀ ਹੈ, ਇੱਕ 'ਤੇ ਕਮੇਟੀ ਬਣ ਸਕਦੀ ਹੈ। ਇੱਕ ਉਹ ਤੇਰੇ ਵਰਗਾ ਪੱਤਰਕਾਰ ਆਪਣੇ ਪੰਜਾਬ ਵਾਲਾ, ਉਹ ਵੀ ਉਹਨੇ ਤਾਂ ਕੰਜਰ ਨੇ ਮੈਨੂੰ ਇੱਥੋਂ ਤੀਕਰ ਕਿਹਾ, ਉਹ ਕਹਿੰਦਾ ਮੈਂ ਤੁਹਾਨੂੰ ਹਾਂ ਇੱਥੋਂ ਤੀਕਰ ਵੀ ਗੱਲ, ਚਲੋ ਸਾਡੀਆਂ ਹੁੰਦੀਆਂ ਰਹੀਆਂ ਗੱਲਾਂ। ਉੱਧਰੋਂ ਚਨਾਰਥਲਾ ਉਹਦੀਆਂ ਵੀ ਉਹਦੀ ਵੀ ਮੈਂ ਇੰਟਰਵਿਊ ਸੁਣੀ। ਹੁਣ ਗੱਲ ਖੜੀ ਕਿੱਥੇ ਸੀ ਅਤੇ ਉਹ ਘੋਸ਼ਣਾ ਕਰਦਾ ਵੀ 3 ਕਾਨੂੰਨ ਰੱਦ, ਸਮਝ ਲਈ ਨਾ ਗੱਲ। ਲੋਕਾਂ ਦਾ ਜਦੋਂ ਦਿਲ ਇਰਾਦਾ ਸਟੈਂਡ ਕਾਇਮ ਹੋ ਜਾਏ ਨਾ ਜੀ, ਸਰਕਾਰ ਨੂੰ ਝੁਕਣਾ ਪੈਣਾ। ਸਰਕਾਰ ਕੋਈ ਸਾਨੂੰ ਖੈਰਾਤ ਨਹੀਂ ਦੇ ਰਹੀ, ਸਾਡੇ ਅੰਦੋਲਨ ਦਾ ਸਿੱਟਾ ਉਹਦੇ 'ਚ ਅਸੀਂ ਲੈ ਰਹੇ ਹਾਂ। ਔਰ ਤੁਸੀਂ ਦੇਖਿਆ ਹੈ ਕਿ ਇਲੈਕਸ਼ਨ ਹਾਰ ਕੇ, ਬਾਈ ਇਲੈਕਸ਼ਨ ਹਾਰ ਕੇ ਨਾ, ਜਦੋਂ ਬਾਈ ਇਲੈਕਸ਼ਨ ਹਾਰਦੇ ਹਾਂ ਸਰ ਫਟਾਫਟ ਕਹਿਤਾ ਜੀ ਅਸੀਂ ਡੀਜ਼ਲ 10 ਰੁਪਈਏ ਸਸਤਾ ਕਰਦੇ ਹਾਂ, ਪੈਟਰੋਲ 5 ਰੁਪਈਏ ਸਸਤਾ ਕਰਦੇ ਹਾਂ। ਇਹਦੇ ਪਹਿਲਾਂ ਤਾਂ ਕੀਤਾ ਨਹੀਂ, 7 ਸਾਲ ਹੋ ਗਏ ਰਾਜ ਕਰਦਿਆਂ ਨੂੰ, ਲੇਕਿਨ ਅੱਜ ਕਿਉਂ ਦਿਸ ਗਿਆ? ਇਹ ਪਤਾ ਲੱਗਿਆ ਵੀ ਅਸੀਂ ਹਾਰ ਗਏ ਹਾਂ। ਉਹ ਤਰੀਕਾ ਵਰਤਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹਨੂੰ ਸਵੀਕਾਰ ਨਹੀਂ ਕੀਤਾ। ਫਿਰ ਆਈ ਗੱਲ ਕਿ ਹੁਣ ਤਾਂ ਇਹਦੂ ਬਗੈਰ ਨਹੀਂ ਸਰਨਾ, ਨਹੀਂ ਤਾਂ ਯੂਪੀ ਜਾਏਗੀ, ਆਪਦੀ ਯੂਪੀ ਨੂੰ ਬਚਾਉਣਾ। ਔਰ ਇਹਨਾਂ ਦੇ ਅੰਦਰ ਤੁਸੀਂ ਤਾਂ ਦੇਖਿਆ, ਪ੍ਰੈਸ ਨੂੰ ਸਾਡੇ ਨਾਲ ਵੱਧ ਪਤਾ ਕਿ ਅੰਦਰ ਕਿਸ ਤਰ੍ਹਾਂ ਦਾ ਘਮਾਸਾਨ ਸ਼ੁਰੂ ਹੋ ਗਿਆ ਸੀ ਬੀਜੇਪੀ ਦੇ। ਉਸ ਘਮਾਸਾਨ ਦੇ ਵਿੱਚੋਂ ਮੈਂ ਬਹੁਤ ਵਾਰੀ ਇੰਟਰਵਿਊਆਂ 'ਚ ਇਹ ਗੱਲ ਕਹੀ ਹੈ ਕਿ ਜਿੰਨਾ ਇਹਨਾਂ ਦੇ ਅੰਦਰ ਅਸੀਂ ਲੜਾਈ ਪਾਉਣ ਦੇ ਵਿੱਚ ਸਫਲ ਹੋਵਾਂਗੇ, ਜਿੰਨਾ ਬੀਜੇਪੀ ਦੇ ਅੰਦਰ ਘਮਸਾਨ ਸ਼ੁਰੂ ਹੋਏਗਾ ਉਨਾ ਹੀ ਛੇਤੀ ਸਾਡੇ ਕਾਨੂੰਨ ਰੱਦ ਹੋਣਗੇ। ਔਰ ਉਹਦੇ ਵਿੱਚ ਹੀ ਹੋਏ, ਇਹਨਾਂ ਦੇ ਆਪਦੇ ਲੀਡਰ ਕਹਿਣ ਲੱਗ ਪਏ ਕਿ ਤੁਸੀਂ ਮਤਲਬ ਖਤਮ ਕਰੋਗੇ ਬੀਜੇਪੀ ਨੂੰ ਅਗਰ ਇਸੇ ਰਾਹ ਤੁਰੇ ਗਏ ਤਾਂ। ਜੇਕਰ ਵੈਸੇ ਕਹਿਣਾ ਤਾਂ ਨਹੀਂ ਚਾਹੀਦਾ, ਜੇਕਰ ਮੰਨ ਲਓ ਪੰਜਾਬ ਦੀਆਂ 32 ਜਥੇਬੰਦੀਆਂ, ਕਿਉਂਕਿ ਇਹ ਵੀ ਗੱਲ ਨਿਕਲਦੀ ਹੈ ਵੀ ਕਹਿੰਦੇ ਜਿਹੜੀਆਂ ਜਥੇਬੰਦੀਆਂ ਬਹਿਣਾ ਚਾਹੁੰਦੀਆਂ ਉਹਨਾਂ ਨੂੰ ਅਸੀਂ ਕੇਲੇ ਕੂਲੇ ਸੇਬ ਸੂਬ ਫੜਾ ਜਾ ਕਰਾਂਗੇ, ਪਰ ਲੜਦੇ ਰਹੋ। ਜੇਕਰ ਇਹੋ ਜਿਹਾ ਤੁਹਾਡੇ ਦੇ ਵਿੱਚ ਹੀ ਇਸ ਤਰ੍ਹਾਂ ਦੁਫਾੜ ਪੈ ਗਈ ਵੀ ਕੁਝ ਜਥੇਬੰਦੀਆਂ ਨੇ ਕਹਿਤਾ, ਕਿਉਂਕਿ ਤੁਹਾਡਾ ਫੈਸਲਾ 17-15 ਵੀ ਹੁੰਦਾ, ਠੀਕ ਹੈ, ਹੈ ਨਾ, ਵੱਧ ਘੱਟ 'ਤੇ ਹੁੰਦਾ। ਜੇ 2-3 ਜਥੇਬੰਦੀਆਂ ਰਹਿ ਗਈਆਂ ਜਿਹੜੀਆਂ ਕਹਿੰਦੀਆਂ ਅਸੀਂ ਲੜਨਾ ਅਤੇ 29 ਕਹਿੰਦੇ ਅਸੀਂ ਜਾਣਾ, ਹੁਣ ਰੌਲਾ ਇਹ ਗੱਲ 'ਤੇ ਪੈਣਾ ਵੀ ਐਸ ਕੇ ਐਮ ਦਾ ਫੈਸਲਾ ਹੋ ਗਿਆ ਇੱਕ ਤਰ੍ਹਾਂ ਦਾ। ਜੇ ਤੈਨੂੰ 17-15 ਦਾ ਪਤਾ ਤਾਂ ਨਹੀਂ ਪਤਾ ਹੋਊ ਵੀ ਉਹਦੇ ਸਟੈਂਡ ਕੀ ਸੀ ਉਸ ਦਿਨ ਵੀ ਇਸ ਗੱਲ ਦੇ ਵਿੱਚ ਬਿਲਕੁਲ ਨਹੀਂ। ਨਹੀਂ ਮੈਂ ਮੰਨ ਲਿਆ ਤੁਹਾਡਾ ਤਾਂ ਹੈਗਾ, ਫਿਰ ਤੁਸੀਂ ਇਕੱਲੇ ਬੈਠੇ ਰਹੋਗੇ? ਨਹੀਂ ਦੇਖੋ ਉਹਦੇ 'ਚ ਇਹ ਹੁੰਦੀ ਹੈ ਗੱਲ, ਬਾਹਰਲੀਆਂ ਸਟੇਟਾਂ ਅਗਰ ਬੈਠਣਗੀਆਂ ਫਿਰ ਇਕੱਲੇ ਵੀ ਬੈਠਾਂਗੇ। ਮਤਲਬ ਇਹ ਆ ਤੁਹਾਡਾ ਵੀ ਆਪਾਂ ਜਿਹੜਾ ਹੈਗਾ ਬੈਠ ਨਹੀਂ ਦਿਖਾਉਂਦੇ, ਜੇਕਰ ਯੂਪੀ ਵਾਲੇ ਰਾਜਸਥਾਨ ਵਾਲੇ ਜਾਂ ਹੋਰ ਸਟੇਟਾਂ ਵਾਲੇ ਲੜਨਾ ਚਾਹੁੰਦੇ ਐਮ ਐਸ ਪੀ ਤਾਂ ਜਿਹੜਾ ਹੈਗਾ ਤੁਸੀਂ ਜਿਹੜਾ ਉਹਨਾਂ ਦੇ ਨਾਲ ਹੱਕ 'ਚ ਬੈਠੋ, ਉਹਨਾਂ ਦੇ ਧਿਰ ਬਣ ਕੇ ਖੜਾਂਗੇ, ਪੰਜਾਬ ਬੰਦੀਆਂ ਖੜਾਂਗੇ, ਪੂਰੇ ਵੱਲੋਂ ਜਥੇਬੰਦੀ ਵੱਲੋਂ ਨਹੀਂ ਖੜਾਂਗੇ, ਪੂਰੇ ਪੰਜਾਬ ਵੱਲੋਂ ਖੜਾਂਗੇ ਕਿ ਪੰਜਾਬ ਖੜਾ ਹੈ। ਮਤਲਬ ਕਿ ਭਾਰਤੀ ਕਿਸਾਨ ਜਿਹਨੇ ਏਕਤਾ ਸਿੱਧੂ ਉੱਪਰ ਜਿਹੜੀ ਹੈਗਾ ਪੂਰੇ ਪੰਜਾਬ ਨੂੰ ਰੀਪ੍ਰਜੈਂਟ ਕਰੋ ਵੀ ਅਸੀਂ ਜਿਹੜਾ ਹੈਗਾ ਭਰਾਵੋ ਤੁਹਾਡੇ ਨਾਲ ਹਾਂ। ਤਾਂ ਸੋ ਇਸ ਵਕਤ ਇਹ ਜਿਹੜਾ ਹੈਗਾ ਲੰਮੀ ਹੋਈ ਨਾ ਇੰਟਰਵਿਊ, ਹੁਣ ਦਲਿਆ ਸਾਹਿਬ ਨਾਲ ਇਹ ਕੰਮ ਚੱਲਣਾ। ਬਾਕੀ ਇੱਕ ਇਹ ਚਰਚਾ ਯਾਰ ਕੀ ਤੁਸੀਂ ਐਮ ਐਸ ਪੀ ਤੋਂ ਬਿਨਾਂ ਜਿਹੜਾ ਹੈਗਾ ਉੱਠਣਾ ਚਾਹੁੰਦੇ, ਕਿਉਂਕਿ ਹਾਲਾਤ ਤਾਂ ਪਹਿਲਾਂ ਵੀ ਮੈਨੂੰ ਲੱਗਦਾ ਇਹੋ ਜਿਹੇ ਸੀ, 3 ਕਾਨੂੰਨਾਂ ਨੇ ਉਹ ਤਾਂ ਉਨਾ ਕਾ ਵੀ ਅਗਲੇ ਨੇ ਧਾਕੇ ਰਾ ਲਿਆ, 2 ਕੁ ਮਹੀਨੇ ਰੌਲਾ ਪਾ ਲਿਆ, ਹੈ ਨਾ। ਹਾਲਾਤ ਤੁਸੀਂ ਸੋਚਣਾ ਕਿ ਕਿੰਨਾ ਕੌਣ ਸਹਿਯੋਗ ਦਿੰਦੇ ਆ ਆਉਣ ਵਾਲੇ ਸਮੇਂ 'ਚ, ਇਹ ਗੱਲਾਂ ਤੁਹਾਡੇ 'ਤੇ ਛੱਡੀਆਂ, ਕਿੰਨਾ ਕੁ ਲੋਕ ਜਿਹੜਾ ਲੜਾਈ ਲੜਨ ਵਾਸਤੇ ਇਹਨਾਂ ਬਾਰਡਰਾਂ 'ਤੇ ਆਉਂਦੇ ਆ। ਅਤੇ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਇਹ ਗੱਲ 'ਤੇ ਅੜੇ ਹੋਇਆ ਵੀ ਹੁਣ ਬੋ ਜਿਹੜਾ ਹੈਗਾ ਮੋਦੀ ਸਰਕਾਰ ਦੀ ਬਾਂਹ ਮਰੋੜੀ ਹੋਇਆ, ਝੰਗਾੜ ਵੱਡੀ ਮਰਾਉਣੀ ਆ ਛੋਟੀ ਮਰਾਉਣੀ ਆ, ਮਨਾਉਣਾ ਕਿੱਥੇ ਆ ਇਹ ਤੇ ਆ। ਦੇਖੋ ਵੱਡੀ ਗੱਲ ਹੈ ਜਿਹੜੀ ਜਿਹੜੀ ਜਿਸ ਤਰੀਕੇ ਦੇ ਨਾਲ ਯੂਪੀ ਤੋਂ ਡਰੀ ਹੈ ਸਰਕਾਰ, ਹੋਰ ਕੁਛ ਨਹੀਂ। ਅਗਰ ਯੂਪੀ ਤਾਂ ਆਪਾਂ ਨੂੰ ਇਹ ਵੀ ਪਤਾ ਹੈ ਜਿਹੜੇ ਪੋਲੀਟੀਕਲ ਦੇ ਖਿਡਾਰੀ ਲੋਕ ਨੇ ਪੋਲੀਟਿਕਸ ਦੇ, ਉਹ ਇਹ ਕਹਿੰਦੇ ਨੇ ਕਿ ਦਿੱਲੀ ਦਾ ਰਸਤਾ ਯੂਪੀ ਦੇ ਵਿੱਚ ਦੀ ਹੋ ਕੇ ਆਉਂਦਾ ਹੈ। ਇਸ ਕਰਕੇ ਜੇ ਤੁਸੀਂ ਯੂਪੀ ਖੋਲ੍ਹੀ ਉਹਨਾਂ ਦੇ ਹੱਥ 'ਚੋਂ
तो समझ लो दिल्ली भी खोली। ये दिल्ली दिल्ली नहीं गुआचन देंगे, इन्हों कुछ भी करना पवे। अज लोग तकड़े हो गए लड़ लैन इस गलते कि भारत गैट चो बहर आवे। मैं दावे नाल गल करदा ये मोदी ना गैट चो बहर आउंदा ऐलान कर देता मुँह तो थुक दौ। मतलब ये आ भी डलिया साहब हुण मैनू लगता नहीं तुसीं घरे जाण देना किसी नूं, क्योंकि एम एस पी आ फिर कह दोगे स्वामीनाथन दी हुण गैट ते आ जाणा। मतलब ये आ भी लड़ाई किसान लड़दे रहणगे। कुछ कु बंदा यह भी कहना ना भी एक बार साल हो गया आपां नूं लड़दियां नूं साह लै लगे भी हुण साल क तुसीं कहणा भी हुण नहीं साह लैणा। ये कौम साह लैण वाली नहीं, साह सुनी परवाह नहीं करदी है कौम। मैं जिहड़ी गल करदा हां एक ये भी होंदा है अंदोलन लड़न की ना एक थ्योरी होंदी है, नवी मंग नहीं अंदोलन के जोड़ी जाती। जो नवी मंग जोड़ देना सी फिर सानू बदनाम करने वास्ते राह मिल जाता सरकार नूं। क्या देखो जी आ तो नवी मंगा जोड़ रहे हैं, बल्कि स्वामीनाथन की रिपोर्ट तो नहीं मंगते। नहीं स्वामीनाथन की रिपोर्ट पहले ही मंगी हुई है साड़ी। ओहो रब्बा तुसीं नहीं किसी पासे वाले। मतलब हुण गैट वाली तो नहीं आउंदी, गैट वाली अगे आएगी, गैट वाली तो नहीं मंगते। मान लो सरकार ने एम एस पी दे प्लस स्वामीनाथन की रिपोर्ट दे फिर तो जा उड़ोंगे तो फिर गैट के बाद एकता नहीं नहीं एकता बना के रखांगे। इस एकता चो गैट की लड़ाई लड़ांगे अगले समय अगले बारी वास्ते धरना डलूगा। सो यह सन जगजीत सिंह डल्लेवाल ते वड्डा मैं दसा बथेरा जिहड़ा हैगा वड्डा फैसला डल्लेवाल साहब का कहना एक गल कहना भी जेकर यूपी राजस्थान ज एम पी जो होर स्टेटा जिहड़ियां एम एस पी के मुद्दे से क्योंकि उन्होंने मिलता नहीं गा मिलता सानू भी नहीं गा सिर्फ दो फसलों से मिलता मक्की का आता किन्ने रुपये तो मान लो हों 16-17 सौ व्यक्ति 600 है ना 1840 व्यक्ति 600 से। सो डल्लेवाल साहब का कहना कि असी उन्होंने जिक्र नहीं हटाएंगे खास करके इन्हों जो आपका उन्हें स्टैंड आ भारत किसान सिद्धूपुर का कि जेकर भारत के मान लो किसान लड़ना चाहते एम एस पी तो भारतीय किसान यूनियन एक तो सिद्धूपुर का केडर तो पूरे पंजाब के हतैची लोग जोड़े बार्डर तो नहीं हटन क्योंकि असी पिछे हटना रहने क्योंकि यह ना हो कि अगला कहते यार असी थोड़े वास्ते लड़ते रहे तुम आपके 3 कानून जो रद्द करा के आपके डंडी पाए तो कल आप आवाजा मारी जाए कि अगला उदो कड़ा साढ़े नाल आए थे। सो तुम आपका जरूर ये कमेंट दसना तो आना भी आप बार्डर के कमेंट करके कई बार कमेंट वध जाते होंगे बंदे घट जाते होंगे है ना। सो यदा भी ख्याल रखो बने रहो गुरप्रीत कोहली टीवी ना गुरप्रीत कोहली फेसबुक पेज ना गुरप्रीत कोहली यूट्यूब चैनल। धन्यवाद अगे भी दस जो लोगों शेयर करो। धन्यवाद।